ਹਿਰਨ ਵਾਲੀ ਗੱਲ ਹੈ ਹਿਰਨ ਨੂੰ ਲੱਗਦਾ ਉੱਥੇ ਪਾਣੀ ਹੈ ਉਹ ਅੱਗੇ ਜਾਂਦਾ ਅੱਗੇ ਪਾਣੀ ਹੁੰਦਾ ਹੀ ਨਹੀਂ ਇਨਸਾਨ ਨੂੰ ਵੀ ਲੱਗੀ ਜਾਂਦਾ ਇੱਥੇ ਸੁੱਖ ਨਹੀਂ ਥੋੜਾ ਜਿਹਾ ਅੱਗੇ ਜਾਵਾਂ ਸੁੱਖ ਆ ਉੱਥੇ ਜਾਂਦਾ ਉੱਥੇ ਫੇਰ ਹੀ ਮਿਲਦਾ ਉਹਨੂੰ ਫਿਰ ਸਮਝ ਆਉਂਦੀ ਸੁੱਖ ਬਾਹਰ ਨਹੀਂ ਸੁੱਖ ਤੇਰੇ ਅੰਦਰ ਹੈ ਸੁੱਖ ਤੇਰੇ ਅੰਦਰ ਹੈ ਸੁੱਖ ਬਾਹਰ ਨਹੀਂ ਹੈ ਨਾ ਘਰ ਚੈ ਨਾ ਕੋਠੀ ਚੈ ਨਾ ਘਰ ਚੈ ਨਾ ਜ਼ਮੀਨ ਚੈ ਨਾ ਜ਼ਾਇਦਾ ਚ ਇਵਨ ਇਹ ਤੋ ਤੱਕ ਦੇਸ਼ ਛੱਡ ਕੇ ਦੂਜੇ ਦੇਸ਼ ਚ ਵੀ ਨਹੀਂ ਹੈ ਵੀ ਮੈਂ ਕਮ ਪੰਜਾਬ ਤੋਂ ਬਾਹਰ ਆ ਗਿਆ ਮੈਂ ਅਮਰੀਕਾ ਚ ਲੱਗ ਗਿਆ ਮੈਂ ਕੈਨੇਡਾ ਚ ਲੱਗ ਗਿਆ ਮੈਂ ਆਸਟ੍ਰੇਲੀਆ ਆ ਗਿਆ ਮੈਂ ਨਿਊਜ਼ੀਲੈਂਡ ਆ ਗਿਆ ਵੀ ਸ਼ਾਇਦ ਸੁਖੀ ਹੋ ਜਾਊਗਾ ਸੁਖ ਤੇ ਤੇਰੇ ਅੰਦਰ ਹੈ ਸੁਖ ਦਾ ਸਬੰਧ ਆ ਡਾਲਰ ਆ ਪਾਉਂਡ ਆ ਸੋਨਾ ਆ ਚਾਂਦੀ ਹੀਰੇ ਜਵਾ ਇਹਨਾਂ ਨਾਲ ਨਹੀਂ ਹੈ ਸੁਖ ਦਾ ਸਬੰਧ ਤੇਰੇ ਆਪਣੇ ਕੰਮ ਨਾਲ ਹੈ ਜਿਦਨ ਇਨਸਾਨ ਨੂੰ ਇਸ ਗੱਲ ਦੀ ਸਮਝ ਲੱਗ ਗਈ ਉਹ ਜ਼ਿੰਦਗੀ ਜਿਉਣਾ ਸਿੱਖ ਜਾਏਗਾ ਅਜੇ ਮੈਨੂੰ ਲੱਗੀ ਜਾਂਦਾ ਹੈ ਕਿ ਸ਼ਾਇਦ ਉੱਥੇ ਸੁਖੀ ਹੈ ਮੈਂ ਤਾਂ ਦੁਖੀ ਹਾਂ ਯਾਰ ਜਦੋਂ ਅਸੀਂ ਆਪਣੇ ਧੁਰੇ ਨਾਲ ਜੁੜਾਂਗੇ ਮਨ ਮਨ ਨੂੰ ਆਖਿਆ ਮਨ ਥਿਰ ਰਹੋ ਮਤ ਕਤ ਜਾਹੀਂ ਜਿਉ ਬਾਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀਂ ਜਿਉ ਅੰਮ੍ਰਿਤ ਤਾਂ ਤੇਰੇ ਅੰਦਰ ਪਿਆ ਪਿਆ ਸੀ ਤੂੰ ਬਾਹਰ ਪਜਾ ਫਿਰਦਾ ਰਿਹਾ ਤੂੰ ਬਾਹਰ ਦੌੜਦਾ ਰਿਹਾ ਅੱਜ ਬਾਹਰ ਦਾ ਪਦਾਰਥਵਾਦੀ ਯੁੱਗ ਅੱਜ ਬਾਰੀ ਤੌਰ ਤੇ ਪਦਾਰਥਾਂ ਨੇ ਇਨਾ ਮਨੁੱਖ ਦੇ ਉੱਤੇ ਪ੍ਰਭਾਵ ਪਾਇਆ ਹੈ ਬੇਚੈਨ ਹੈ ਇਨਸਾਨ ਸਾਹਮਣੇ ਪਈ ਰੋਟੀ ਦਾ ਆਨੰਦ ਨਹੀਂ ਲੈ ਰਿਹਾ ਦੂਜੇ ਦੀ ਥਾਲੀ ਵੱਲ ਤੱਕ ਰਿਹਾ ਹੈ ਛੇ ਦੋ ਮੇਰੇ ਤੋਂ ਵਧੀਆ ਖਾ ਰਿਹਾ ਹੈ ਕਦੀ ਉਸੇ ਨਾ ਅਸੀਂ ਉਹਨਾਂ ਦਾ ਲੈਨੇ ਆ ਜਿਨ੍ਹਾਂ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਹੈ ਜਨਾਬ ਆਪਣੇ ਬੱਚਿਆਂ ਦੇ ਟੁਕੜੇ ਕਰਵਾ ਗਲਾਂ ਵਿੱਚ ਹਾਰ ਪਵਾਲੇ ਪਰ ਸੀ ਤੱਕ ਨਾ ਕੀ ਕਹਦਾਤਾ ਤੇਰਾ ਪਾਣਾ ਹੈ ਅਜ ਮੜਾ ਜਸਾਨੂੰ ਕੋਈ ਦੁੱਖ ਆ ਜਾ ਪਤਾ ਕੀ ਆਨੇ ਸੀ ਪਤਾ ਨਹੀਂ ਰੱਬ ਨੇ ਕਿਹੜੇ ਜਨਮਾਂ ਦਾ ਸਾਡੇ ਕੋਲ ਬਦਲਾ ਲਿਆ ਇਹ ਸ਼ਬਦ ਸਾਡੇ ਪਰਿਵਾਰਾਂ ਚ ਬੋਲੇ ਜਾ ਰਹੇ ਨੇ ਤਾਂ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪੜੋਗੇ ਪਾਸ਼ਾ ਜੀ ਕਿਦ ਨੇ ਚੇਤ ਹੈ ਮਨ ਚੇਤ ਸਕੀਨੀ ਤੂੰ ਚੇਤੇ ਕਿਉਂ ਨਹੀਂ ਕਰਦਾ ਜਿਸ ਬੱਚੇ ਨੇ ਆਪਣੇ ਮਾਤਾ ਪ੍ਰਤਾ ਪ੍ਰਤੀ ਫਰਜ਼ੀ ਨਹੀਂ ਪੂਰੇ ਕੀਤੇ ਉਹ ਹੱਕ ਰੱਖਦਾ ਜੀ ਆਪਣੇ ਮਾਤਾ ਪਿਤਾ ਦੀ ਜਾਇਦਾਦ ਉਤੇ ਜਿਹਨੇ ਫਕੀਰੀ ਪੂਰੇ ਕੀਤੇ ਬਾਪੂ ਦੀ ਅੱਖ ਵਿੱਚ ਕਾਲਾ ਮੋਤੀ ਹੈ ਕਹਿੰਦਾ ਕੋਈ ਠੀਕਰਾ ਦੇ ਮਾਂ ਦਾ ਆਪਰੇਸ਼ਨ ਕੋਈ ਕਰਾ ਦੇ ਜਾਇਦਾਦ ਬਾਪੂ ਦੀ ਮੇਰੀ ਹੈ ਜਿਹੜੀ ਉਹਨੇ ਮਿਹਨਤ ਕਰ ਕਰਕੇ ਐਡੀਆਂ ਪਾਟੀਆਂ ਜਿਹੜੀ ਉਹਨੇ 5-7 ਕਿੱਲੇ ਤਿਆਰ ਕੀਤੀ ਉਹ ਮੇਰੇ ਨੇ ਪਰ ਬਾਪੂ ਦਾ ਇਲਾਜ ਕੋਈ ਹੋਰ ਕਰਾਵੇ ਇਹ ਕਿਵੇਂ ਹੋਏਗਾ ਵੀ ਜੇ ਤੂੰ ਹੱਕ ਰੱਖਦਾ ਹੈ ਤੇ ਤੈਨੂੰ ਫਰਜ਼ ਵੀ ਪੂਰੇ ਬੋਲੋ ਜੀ ਕਰਨੇ ਪਣੇ ਫਰਜ਼ ਕੋਈ ਹੋਰ ਪੂਰੇ ਕਰੇ ਹੱਕ ਮੇਰਾ ਇਹ ਕਿਵੇਂ ਹੋਏਗਾ ਤੋ ਹਜ਼ੂਰੇ تھے ਫਰਮਾਉਂਦੇ ਨੇ ਚਿਤ ਚੇਤਸ ਕੀ ਨਹੀਂ ਤੂੰ ਚੇਤੇ ਕਿਉਂ ਨਹੀਂ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਤੇਰੇ ਗੁਣ ਗਲ ਗਏ ਤੂੰ ਚੇਤੇ ਨਹੀਂ ਕੀਤਾ ਤੂੰ ਇਹਨਾਂ ਗੁਣਾਂ ਦੀ ਵਰਤੋਂ ਨਹੀਂ ਕੀਤੀ ਤੂੰ ਫਰੂਟ ਸਬਜ਼ੀ ਘਰ ਚ ਲਿਆ ਕੇ ਟਾਈਮ ਨਾਲ ਵਰਤੇ ਨਹੀਂ ਪਏ ਪਏ ਗਲ ਗਏ ਤੂੰ ਲਾਲਚ ਲੋਭ ਈਰਖਾ ਜੈਲਸੀ ਇਹਦੀ ਵਰਤੋਂ ਕਰਦਾ ਗਿਆ ਇਹ ਵਾਧੇ ਗਏ ਨਾ ਤੂੰ ਸਤ ਵਰਤਿਆ ਨਾ ਤੂੰ ਸੰਤੋਖ ਵਰਤਿਆ ਨਾ ਤੂੰ ਦਇਆ ਵਰਤੀ ਨਾ ਤੂੰ ਧਰਮ ਵਰਤਿਆ ਪਏ ਪਏ ਖਤਮ ਹੋ ਗਏ ਤੇਰੇ ਅੰਦਰ ਇਹ ਤਾਂ ਖਜ਼ਾਨਾ ਦਿੱਤਾ ਸੀ ਤੈਨੂੰ ਬਾਪੂ ਨੇ ਇਹ ਤਾਂ ਤੇਰੇ ਅੰਦਰ ਇਹਦਾ ਵੱਡਾ ਖਜ਼ਾਨਾ ਸੀ ਤੂੰ ਇਹਦੀ ਵਰਤੋਂ ਕਰਦਾ ਤੂੰ ਇੰਨਾ ਸੁਖੀ ਹੋ ਜਾਣਾ ਸੀ ਅੰਦਰੋਂ ਤੂੰ ਅਮੀਰ ਹੋ ਜਾਣਾ ਸੀ ਅੱਛਾ ਜੇ ਵਰਤਿਆ ਨਹੀਂ ਤੇ ਜੀਵਨ ਸ਼ੈਲੀ ਕੀ ਬਣੀ ਕਰਨੀ ਕਾਗਦ ਮਨ ਮਸਵਾਨੀ ਕਰਨੀ ਕਰਨੀ ਕੀ ਹੈ ਜੀ ਜੋ ਅਸੀਂ ਸਵੇਰ ਤੋਂ ਉੱਠ ਕੇ ਰਾਤ ਤੱਕ ਕੰਮ ਕਰਦੇ ਹਾਂ ਰਾਤ ਤੋਂ ਲੈ ਕੇ ਸਵੇਰ ਤੱਕ ਜਿਹੜਾ ਸਾਡਾ 24 ਘੰਟਿਆਂ ਦਾ ਕੰਮ ਕਰ ਹੈ ਇਹਨੂੰ ਕਰਨੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਜੀ ਕਰਨੀ ਚੰਗੀ ਵੀ ਹੋ ਸਕਦੀ ਹੈ ਬੋਲੋ ਜੀ ਅਛਾ ਹਰ ਬੰਦੇ ਨੂੰ ਆਪਣੀ ਕਰਨੀ ਬਾਰੇ ਪਤਾ ਕਿ ਨਹੀਂ ਪਤਾ ਜੀ ਭਲਾ ਬੋਲੋ ਗੁਰੂ ਕੇ ਪਿਆਰੇਓ ਪਤਾ ਹੈ ਨਾ ਮੇਰੀ ਚੰਗੀ ਹੈ ਕਿ ਮਾੜੀ ਹੈ ਹਰ ਬੰਦੇ ਨੂੰ ਪਤਾ ਹੈ ਨਾ ਜਿੰਨਾ ਇਨਸਾਨ ਨੂੰ ਆਪਣੀ ਕਰਨੀ ਬਾਰੇ ਖੁਦ ਪਤਾ ਹੈ ਦੂਜਾ ਦੂਜੇ ਨੂੰ ਕੱਖ ਨਹੀਂ ਪਤਾ ਨਹੀਂ ਪਤਾ ਅਛਾ ਸੁਣੀ ਜਾਓ ਉਹ ਤੇ ਅੰਨਾ ਕਰਨੀ ਕਾਗਦ ਕਾਗਦ ਕਹਿੰਦੇ ਪੇਪਰ ਨੂੰ ਜਿਹੜੀ ਤਰੀ ਕਰਨੀ ਹੈ ਪੇਪਰ ਜਿਹੜਿਆ ਬੱਚਿਆਂ ਕੋਲ ਪੇਪਰ ਹੁੰਦੇ ਨੇ ਇਹ ਬਣਾਉਂਦੀ ਕੋਈ ਕੰਪਨੀ ਐ ਕੋਈ ਹੋਰ ਖਰੀਦਾ ਐ ਸਾਡੇ ਘਰ ਪਹੁੰਚ ਜਾਂਦੀ ਐ ਅਸੀਂ ਲਿਖ ਦਿੰਨੇ ਆ ਪਰ ਕਰਨੀ ਦਾ ਪੇਪਰ ਹਰ ਇਨਸਾਨ ਆਪਣੇ ਅੰਦਰ ਖੁਦ ਬਣਾਉਂਦਾ ਐ